ਅਸਲਾਮ ਅਲੈਕੁਮ, ਵੈਲਕਮ ਤੁਹਾਨੂੰ ਸਭ ਨੂੰ ਮੇਰੇ ਚੈਨਲ ਮਿਰਚੀ ਟੇਸਟ ਆਫ ਫੂਡ 'ਚ। ਅਤੇ ਅੱਜ ਮੈਂ ਸ਼ੈਫ ਮਦੀਆ ਫੈਸਲ ਤੁਹਾਡੇ ਲਈ ਸ਼ਵਾਰਮਿਆਂ ਦੀ ਰੈਸਿਪੀ ਲੈ ਕੇ ਆਈ ਹਾਂ। ਚਿਕਨ ਸ਼ਵਾਰਮਾ ਤਿਆਰ ਕੀਤਾ ਸੀ ਅਤੇ ਇਹਦੀ ਰੈਸਿਪੀ ਤੁਹਾਡੇ ਨਾਲ ਮੈਂ ਸਟੈਪ ਬਾਏ ਸਟੈਪ ਸ਼ੇਅਰ ਕਰਾਂ, ਕਿਉਂਕਿ ਗਰਮੀ ਦੇ ਵਿੱਚ ਜਿਹੜਾ ਨਾ ਖਾਣਾ ਬਣਾਉਣਾ ਬੜਾ ਹੀ ਮੁਸ਼ਕਿਲ ਲੱਗ ਰਿਹਾ ਅਤੇ ਅੱਜ ਬਹੁਤ ਹੀ ਜ਼ਿਆਦਾ ਸ਼ਦੀਦ ਗਰਮੀ ਸੀ ਦੁਪਹਿਰ ਟਾਈਮ, ਔਰ ਬੱਚਿਆਂ ਨੂੰ ਜਿਹੜੇ ਨਾ ਗਰਮੀਆਂ ਦੀਆਂ ਛੁੱਟੀਆਂ, ਔਰ ਬੱਚੇ ਘਰ ਹੀ ਆ, ਅਤੇ ਮੈਂ ਕਿਹਾ ਚਲੋ ਅੱਜ ਤੁਹਾਨੂੰ ਜਿਹੜਾ ਨਾ ਮੈਂ ਝਟਪਟ ਤਿਆਰ ਹੋਣੇ ਵਾਲਾ ਸ਼ਵਾਰਮਾ ਜਿਹੜਾ ਜਲਦੀ ਦੇ ਨਾਲ ਤਿਆਰ ਹੋ ਜਾਂਦਾ, ਇਤਨਾ ਜ਼ਿਆਦਾ ਟਾਈਮ ਮੈਨੂੰ ਕਿਚਨ ਦੇ ਵਿੱਚ ਵੀ ਨਹੀਂ ਖੜਾ ਹੋਣਾ ਪੈਣਾ ਅਤੇ ਤੁਹਾਡਾ ਜਿਹੜਾ ਨਾ ਪੇਟ ਵੀ ਫੁੱਲ ਹੋ ਜਾਵੇ। ਫਟਾਫਟ ਜਿਹੜੇ ਨਾ ਮੈਂ ਇਹ ਸ਼ਵਾਰਮਾ ਤਿਆਰ ਕਰ ਦਿੱਤਾ ਸੀ, ਅਤੇ ਇਹਦੀ ਰੈਸਿਪੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ, ਤੁਸੀਂ ਇਹਨੂੰ ਨੋਟ ਕਰ ਲੈਣਾ ਅਤੇ ਸਟੈਪ ਬਾਏ ਸਟੈਪ ਇਸੇ ਤਰ੍ਹਾਂ ਬਣਾਉਣਾ। ਅਤੇ ਹੁਣ ਅਸੀਂ ਬਣਾਉਣਾ ਸਟਾਰਟ ਕਰਦੇ। ਬਿਸਮਿਲ੍ਲਾਹਿ ਰਹਿਮਾਨੀ ਰਹੀਮ। 1 ਕੇਜੀ ਜਿਹੜਾ ਨਾ ਮੈਂ ਚਿਕਨ ਬੋਨਲੈਸ ਲਿਆ ਸੀ, ਔਰ ਉਹਦੇ ਵਿੱਚ 1 ਖਾਣੇ ਦਾ ਚਮਚ ਜਿੰਜਰ ਗਾਰਲੀ ਦਾ ਪੇਸਟ, ਅਤੇ ਨਾਲ ਇਹਦੇ ਵਿੱਚ ਜਿਹੜਾ ਨਾ ਮੈਂ 1/2 ਖਾਣੇ ਦਾ ਚਮਚ ਹਰੀਆਂ ਮਿਰਚਾਂ ਕੁੱਟ ਕੇ ਡਾਲ ਦਿੱਤੀਆਂ, ਬਲੈਕ ਮਿਰਚ ਪਾਊਡਰ 1/2 ਖਾਣੇ ਦਾ ਚਮਚ ਇਹਦੇ ਵਿੱਚ ਡਾਲਿਆ ਆ, 1 ਟੀਸਪੂਨ ਇਹਦੇ ਵਿੱਚ ਜਿਹੜਾ ਨਾ ਮੈਂ ਅੱਧ ਕੁੱਟੀ ਮਿਰਚ ਦੁਆੜ ਮਿਰਚ ਕਹੀ ਦਾ ਅਤੇ ਉਹ ਐਡ ਕੀਤੀ ਆ, ਨਮਕ 1/2 ਟੀਸਪੂਨ ਇਹਦੇ ਵਿੱਚ ਐਡ ਕੀਤਾ ਆ, ਅਤੇ ਨਮਕ ਤੁਸੀਂ ਇਸ ਬੇਜ਼ਾਇਕਾ ਐਡ ਕਰਨਾ ਹੈ, ਦੁਬਾਰਾ ਫਿਰ ਚੈੱਕ ਕਰ ਸਕਦੇ ਹਾਂ। ਅਤੇ ਨਾਲ ਇਹਦੇ ਵਿੱਚ ਜਿਹੜਾ ਨਾ ਮੈਂ ਗਰਮ ਮਸਾਲਾ ਐਡ ਕੀਤਾ ਆ, ਔਰ ਉਸ ਤੋਂ ਬਾਅਦ ਇਹਦੇ ਵਿੱਚ ਲੈਮਨ ਜੂਸ ਐਡ ਕੀਤਾ, ਅਤੇ ਇਹਨੂੰ ਅਸੀਂ ਅੱਛੀ ਤਰ੍ਹਾਂ ਮਿਕਸਅਪ ਕਰਨਾ ਹੈ। ਮਿਕਸਅਪ ਕਰਕੇ ਇਹਨੂੰ ਮੈਂ 2 ਘੰਟੇ ਰੱਖਿਆ ਸੀ, ਔਰ ਉਸ ਤੋਂ ਬਾਅਦ ਜਿਹੜਾ ਨਾ ਇਹਦਾ ਮੈਂ ਮਸਾਲਾ ਸ਼ਵਾਰਮਿਆਂ ਦਾ ਇਹਦਾ ਤਿਆਰ ਕੀਤਾ ਸੀ। ਅਤੇ ਲੇਕਿਨ ਅਗਰ ਤੁਸੀਂ ਉਸੇ ਟਾਈਮ ਇਹਨੂੰ ਬਣਾਉਣਾ ਚਾਹੁੰਦੇ ਤਾਂ ਤੁਸੀਂ ਉਸੇ ਟਾਈਮ ਵੀ ਬਣਾ ਸਕਦੇ ਆ, ਅਤੇ ਐਂਡ ਦੇ ਵਿੱਚ ਜਿਹੜਾ ਨਾ ਮੈਂ ਇਹਦੇ ਵਿੱਚ ਦਹੀਂ ਐਡ ਕਰ ਲਿਆ ਆ। ਦਹੀਂ ਐਡ ਕਰਕੇ ਅਤੇ ਇਹਨੂੰ ਜਿਹੜਾ ਨਾ ਮੈਂ 2 ਘੰਟੇ ਰੱਖ ਕੇ, ਅਤੇ ਫਿਰ ਇਹਨੂੰ ਜਿਹੜਾ ਬਣਾਇਆ ਸੀ ਇਹਦਾ ਸ਼ਵਾਰਮਿਆਂ ਦਾ ਮਸਾਲਾ ਤਿਆਰ ਕੀਤਾ ਸੀ, ਅਗਰ ਤੁਸੀਂ ਉਸੇ ਟਾਈਮ ਵੀ ਤਿਆਰ ਕਰਨਾ ਚਾਹੁੰਦੇ ਹੋ ਤਾਂ ਉਸੇ ਟਾਈਮ ਵੀ ਤਿਆਰ ਕਰ ਸਕਦੇ, ਟੇਸਟ ਤਦ ਵੀ ਬੜਾ ਹੀ ਅੱਛਾ ਬਣ ਜਾਂਦਾ ਆ ਇਹਦਾ। ਅਤੇ ਮੈਂ ਇੱਥੇ 2 ਤੋਂ 3 ਖਾਣੇ ਦੇ ਚਮਚ ਇਹਦੇ ਵਿੱਚ ਓਇਲ ਯੂਜ਼ ਕੀਤਾ ਆ। ਓਇਲ ਡਾਲਣ ਤੋਂ ਬਾਅਦ ਇਹਨੂੰ ਬਣਾ ਰਹੀ ਹਾਂ, ਅਤੇ ਗੋਸ਼ਤ ਮੈਰੀਨੇਟ ਕੀਤਾ ਹੋਇਆ ਆ, ਇਸ ਤੋਂ ਜਲਦੀ ਨਾਲ ਹੀ ਗਲ ਗਿਆ ਸੀ, ਇਤਨਾ ਜ਼ਿਆਦਾ ਟਾਈਮ ਵੀ ਨਹੀਂ ਲੱਗਾ ਸੀ, ਔਰ ਮੁਰਗੀ ਦਾ ਗੋਸ਼ਤ ਵੈਸੇ ਵੀ ਬਹੁਤ ਜ਼ਿਆਦਾ ਜਲਦੀ ਤਿਆਰ ਹੋ ਜਾਂਦਾ। ਅਤੇ ਇਹ ਬੋਨਲੈਸ ਨੂੰ ਬਰੀਕ ਬਰੀਕ ਪੀਸਿਸ ਦੇ ਵਿੱਚ ਜਿਹੜਾ ਨਾ ਕਿਊਬ ਸ਼ੇਪ ਦੇ ਵਿੱਚ ਮੈਂ ਕੱਟਿਆ ਸੀਗਾ, ਕੱਟ ਕੇ ਅਤੇ ਮੈਰੀਨੇਟ ਕਰ ਲਿਆ ਸੀ। ਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ ਇਹਦੇ ਵਿੱਚ, ਮੈਂ ਪਾਣੀ ਦੁਬਾਰਾ ਨਹੀਂ ਐਡ ਕੀਤਾ, ਤਕਰੀਬਨ ਇਹ ਸਾਰਾ ਜਿਹੜਾ ਇਹਦਾ ਆਪਣਾ ਮੁਰਗੀ ਦਾ, ਔਰ ਨਾਲ ਜਿਹੜਾ ਵਿੱਚ ਦਹੀਂ ਐਡ ਕੀਤਾ ਸੀ ਅਤੇ ਉਹਦਾ ਪਾਣੀ ਨਿਕਲਿਆ ਹੋਇਆ ਆ। ਇਹਨੂੰ ਮੈਂ ਅੱਛੀ ਤਰ੍ਹਾਂ ਕੁਚਾ ਕਰ ਲਵਾਂਗੀ, ਅਤੇ ਥੋੜ੍ਹਾ ਜਿਹਾ ਹਲਕਾ ਜਿਹਾ ਜਿਹੜਾ ਨਾ ਇਹਦੇ ਵਿੱਚ ਪਾਣੀ ਐਡ ਕਰ ਲੈਣਾ ਤਾਂ ਕਿ ਇਹ ਨੀਚੇ ਨਾ ਲੱਗੇ, ਔਰ ਉਸ ਤੋਂ ਬਾਅਦ ਆਂਚ ਹਲਕੀ ਦੇ ਉੱਤੇ ਜਿਹੜਾ ਢੱਕਣ ਦੇ ਕੇ ਤੈਨੂੰ ਮੈਂ ਪਕਾ ਰਹੀ ਹਾਂ। ਅਤੇ ਜਿਹੜਾ ਨਾ ਮੈਂ ਜਿੱਦਾਂ ਤੁਸੀਂ ਦੇਖ ਰਹੇ ਕਿ ਪਾਣੀ ਖੁਸ਼ਕ ਹੋ ਗਿਆ ਆ, ਔਰ ਚਿਕਨ ਸਾਡਾ ਗਲ ਗਿਆ ਆ ਬਿਲਕੁਲ, ਔਰ ਇਹਨੇ ਘੇ ਛੱਡ ਦਿੱਤਾ ਆ, ਅਤੇ ਕਿਤਨੀ ਅੱਛੀ ਲੁੱਕ ਲੱਗ ਰਹੀ ਹੈ, ਬੜੇ ਟੇਸਟੀ ਔਰ ਮਜ਼ੇਦਾਰ ਬਣਿਆ ਸੀ। ਇਹਨੂੰ ਮੈਂ ਤੋੜ ਕੇ ਚਮਚ ਨਾਲ ਦੇਖਿਆ ਅਤੇ ਗਲਿਆ ਹੋਇਆ ਆ, ਅਤੇ ਹੁਣ ਇਹਨੂੰ ਮੈਂ ਸਾਈਡ 'ਤੇ ਰੱਖ ਲੈਣਾ ਆ, ਪਲੇਟ ਦੇ ਵਿੱਚ ਨਿਕਾਲ ਲਿਆ ਤਾਂ ਕਿ ਸ਼ਵਾਰਮਿਆਂ ਦੇ ਵਿੱਚ ਯੂਜ਼ ਕਰਨੀ ਸੌਸ। ਅਤੇ ਇਹ ਮਾਇਓ ਸੌਸ ਜਿਹੜੀ ਹੈ ਨਾ ਮੈਂ ਇਹ ਤਿਆਰ ਕਰ ਰਹੀ ਹਾਂ, ਅਤੇ ਮਾਇਓਨੀਜ਼ ਘਰ ਤਿਆਰ ਕਰਨ ਦੀ ਵੀ ਮੈਂ ਜਲਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ, ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜਿਹੜਾ ਨਾ ਤੁਸੀਂ ਮਾਇਓਨੀਜ਼ ਘਰ ਤਿਆਰ ਕਰ ਸਕਦੇ ਹਾਂ। ਅਤੇ ਹੁਣ ਮੈਂ ਇਹਦੇ ਵਿੱਚ ਕੈਚਅਪ ਐਡ ਕੀਤਾ ਹੈ, ਤਕਰੀਬਨ 2 ਤੋਂ 3 ਖਾਣੇ ਦੇ ਚਮਚ ਕੈਚਅਪ, 1/2 ਟੀਸਪੂਨ ਇਹਦੇ ਵਿੱਚ ਅੱਧ ਕੁੱਟੀ ਮਿਰਚ, ਬਲੈਕ ਮਿਰਚ ਪਾਊਡਰ, ਅਤੇ ਨਾਲ ਜਿਹੜਾ ਨਾ ਮੈਂ ਥੋੜ੍ਹਾ ਜਿਹਾ ਹਲਕਾ ਜਿਹਾ ਇਹਦੇ ਵਿੱਚ ਨਮਕ ਐਡ ਕੀਤਾ, ਇਹਨੂੰ ਮਿਕਸਅਪ ਕਰਾਂਗੀ ਅੱਛੀ ਤਰ੍ਹਾਂ ਮਿਕਸ ਕਰਕੇ, ਅਤੇ ਅਸੀਂ ਇਹ ਸ਼ਵਾਰਮਿਆਂ ਦੇ ਵਿੱਚ ਲਗਾਉਣੇ ਹਾਂ। ਅਤੇ ਬਾਜ਼ਾਰੋਂ ਸ਼ਵਾਰਮੇ ਦੀ ਬ੍ਰੈਡ ਲਿਆਂਦੀ ਸੀਗੀ, ਅਤੇ ਕਿਉਂਕਿ ਘਰ ਨਹੀਂ ਬਣਾਈ, ਗਰਮੀ ਬਹੁਤ ਜ਼ਿਆਦਾ ਆ, ਅਤੇ ਇਹਦਾ ਆਟਾ ਬਣਾ ਕੇ ਗੁੰਨ ਕੇ ਅਤੇ ਫਿਰ ਜਿਹੜਾ ਨਾ ਬੜਾ ਲੰਬਾ ਪ੍ਰੋਸੀਜਰ ਹੋ ਜਾਂਦਾ ਆ, ਅਤੇ ਇਸ ਲਈ ਮੈਂ ਫਟਾਫਟ ਤਿਆਰ ਕੀਤੇ ਸੀ। ਅਤੇ ਮੈਂ ਬਾਜ਼ਾਰੋਂ ਜਿਹੜਾ ਨਾ ਸ਼ਵਾਰਮਿਆਂ ਦੀ ਬ੍ਰੈਡ ਮੰਗਾ ਲਈ ਸੀ, ਮੰਗਾ ਕੇ ਇਹਨੂੰ ਅਸੀਂ ਸੇਕ ਲੈਣਾ ਹੈ, ਹਲਕਾ ਜਿਹਾ ਓਇਲ ਕ ਲਗਾਉਣਾ ਆ ਤਵੇ ਨੂੰ ਹਲਕਾ ਜਿਹਾ ਗਰੀਸ ਕਰਕੇ, ਅਤੇ ਫਿਰ ਅਸੀਂ ਦੋਨਾਂ ਸਾਈਡਾਂ 'ਤੇ ਇਹਨੂੰ ਸੇਕ ਲਿਆ ਸੀ। ਔਰ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਲਗਾਊਂਗੀ ਸੌਸ, ਅਤੇ ਸੌਸ ਜਿਹੜੀ ਮੈਂ ਤਿਆਰ ਕੀਤੀ ਸੀਗੀ ਮਾਇਓਨੀਜ਼ ਦੀ, ਅਤੇ ਉਹ ਐਡ ਕਰਨੀ ਆ, ਅਤੇ ਨਾਲ ਇਹਦੇ ਵਿੱਚ ਚਿਕਨ ਔਰ ਸੈਲਿਡ ਜਿਹੜੇ ਤੁਹਾਨੂੰ ਮਤਲਬ ਅਵੇਲੇਬਲ ਆ ਘਰ ਤੁਹਾਡੇ ਕੋਲ, ਅਤੇ ਜਾਂ ਜਿਹੜਾ ਤੁਹਾਨੂੰ ਪਸੰਦ ਆ ਅਤੇ ਤੁਸੀਂ ਉਹ ਇਹਦੇ ਵਿੱਚ ਐਡ ਕਰ ਸਕਦੇ ਹਾਂ।
ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਆਏ ਆ, ਪਹਿਲੀ ਦਫ਼ਾ ਮੇਰੀ ਵੀਡੀਓ ਦੇਖ ਰਹੇ ਆ, ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ, ਬੈੱਲ ਆਈਕਾਨ ਦੇ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓਸ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਔਰ ਅਗਰ ਤੁਹਾਨੂੰ ਮੇਰੀ ਰੈਸਿਪੀ ਅੱਛੀ ਲੱਗੀ ਤੁਸੀਂ ਜਿਹੜਾ ਨਾ ਇਹਨੂੰ ਲਾਈਕ ਵੀ ਕਰ ਦੇਣਾ ਵੀਡੀਓ ਨੂੰ, ਔਰ ਬਾਕੀ ਭੈਣਾਂ ਨਾਲ ਸ਼ੇਅਰ ਵੀ ਕਰਨਾ, ਕਿਉਂਕਿ ਛੁੱਟੀਆਂ ਹੈਗੀਆਂ ਔਰ ਬੱਚਿਆਂ ਦੀ ਨੀਤ ਨਹੀਂ ਆ, ਫਰਮਾਇਸ਼ਾਂ ਰੋਜ਼ ਕਿ ਸਾਨੂੰ ਅੱਜ ਆਹ ਬਣਾ ਦਿਓ ਆਹ ਬਣਾ ਦਿਓ, ਅਤੇ ਅਸੀਂ ਆਹ ਨਹੀਂ ਖਾਣਾ, ਅਤੇ ਬੱਚੇ ਸਾਲ ਰੋਟੀ ਤਾਂ ਇਤਨੀਆਂ ਮੁਸ਼ਕਿਲ ਨਾਲ ਖਾਂਦੇ ਆ ਗਰਮੀ ਦੇ ਨਾਲ। ਅਤੇ ਇਸ ਲਈ ਮੈਂ ਜਿਹੜਾ ਨਾ ਸ਼ਵਾਰਮਾ ਘਰ ਤਿਆਰ ਕੀਤਾ ਸੀ ਤਾਂ ਕਿ ਫਰੈਸ਼ ਗੋਸ਼ਤ ਔਰ ਅੱਛੇ ਤਰੀਕੇ ਦੇ ਨਾਲ ਆਪਣੇ ਹਿਸਾਬ ਨਾਲ ਜਿਹੜੇ ਸਪਾਈਸਿਸ ਡਾਲ ਕੇ, ਅਤੇ ਤੁਸੀਂ ਮੈਨੂੰ ਦਿਓ ਇਜਾਜ਼ਤ। ਇਨਸ਼ਾਅੱਲਾ ਤਾਲਾ ਮੈਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਜਲਦੀ ਤੁਹਾਡੀ ਖਿਦਮਤ 'ਚ ਹਾਜ਼ਰ ਹੋਊਂਗੀ। ਦੁਆ ਵਿੱਚ ਮੈਨੂੰ ਯਾਦ ਰੱਖਿਓ ਮੇਰੇ ਲਈ ਹੁਣ, ਅੱਲਾ ਹਾਫਿਜ਼।